ਆਪਣੇ 3rd ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਮੀਡੀਅਨ ਦੀ ਜੋ ਕਿ ਸਭ ਤੋਂ ਵੱਧ ਇੰਪੋਰਟੈਂਟ ਟੌਪਿਕ ਆ ਇਸ ਚੈਪਟਰ ਦਾ ਇਸ ਦੇ ਵਿੱਚੋਂ ਇੱਕ ਕੁਐਸਚਨ ਬੋਰਡਸ ਦੇ ਵਿੱਚ ਵੀ ਐਂ ਤੁਹਾਡੇ ਹਾਫ ਇਅਰਲੀ ਦੇ ਵਿੱਚ ਵੀ ਆਉਣਾ ਹੀ ਆਉਣਾ ਐ ਐਂ ਜੇਕਰ ਆਪਾਂ ਗੱਲ ਕਰੀਏ ਅਨਗਰੁੱਪਡ ਡਾਟਾ ਦਾ ਮੀਡੀਅਨ ਕੱਢਣ ਦੀ ਤਾਂ ਇੱਥੇ ਵੀ ਆਪਣੇ ਕੋਲੇ ਦੋ ਕੈਟੇਗਰੀਜ਼ ਬਣ ਜਾਂਦੀਆਂ ਇੱਕ ਤਾਂ ਜਦੋਂ ਨੰਬਰ ਆਫ ਟਰਮਸ ਆਪਾਂ ਨੂੰ ਆਰਡ ਦਿੱਤੀਆਂ ਹੋਣ ਐਂ ਦੂਸਰੀ ਜਦੋਂ ਨੰਬਰ ਆਫ ਟਰਮਸ ਆਪਾਂ ਨੂੰ ਈਵਨ ਦਿੱਤੀਆਂ ਹੋਣ ਤਾਂ ਪਲੀਜ਼ ਇਸ ਨੂੰ ਬੇਸਿਕਸ ਨੂੰ ਧਿਆਨ ਨਾਲ ਸੁਣ ਲਿਓ ਆਫਟਰ 댓 ਆਪਾਂ ਗਰੁੱਪਡ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਪੱਕੇ ਕੁਐਸਚਨਸ ਵੀ ਕਰਾਂਗੇ ਜੋ ਤੁਹਾਨੂੰ ਮਿਲਨੇ ਹੀ ਮਿਲਨੇ ਆ ਸੋ ਆਪਣੇ ਕੋਲੇ ਜੇਕਰ ਆਡ ਨੰਬਰ ਦੇ ਵਿੱਚ ਡਾਟਾ ਦਿੱਤਾ ਹੋਇਆ ਸਭ ਤੋਂ ਪਹਿਲਾ ਕੰਮ ਚਾਹੇ ਆਡ ਚ ਦਿੱਤਾ ਹੈ ਚਾਹੇ ਈਵਨ ਚ ਇੱਕ ਕੰਮ ਕਰਨਾ ਹੈ ਵੀ ਡਾਟਾ ਨੂੰ ਅਰੇਂਜ ਕਰਨਾ ਹੈ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਚ ਸੋ ਸਭ ਤੋਂ ਪਹਿਲਾ ਕੰਮ ਮੈਂ ਇੱਥੇ ਲਿਖ ਦਿੰਦਾ ਆਪਾਂ ਕੀ ਕਰਾਂਗੇ ਅਰੇਂਜ ਸੋ ਬੱਚੇ ਅਰੇਂਜ ਕਰਨ ਦਾ ਮਤਲਬ ਸਭ ਤੋਂ ਪਹਿਲਾਂ ਤੁਸੀਂ ਐਂ ਕਰੋ ਛੋਟੀ ਟਰਮ ਲਿਖ ਲਓ ਜਿਵੇਂ 2 फिर उस तो बड़ी थ्री फिर उस तो बड़ी फोर फिर उस तो बड़ी सैवन एंड फिर उस तो बड़ी एट अरेंजमेंट तो बिना थोड़ा तो क्वेश्चन गलत होगा ही होगा ठीक है सेम कम इधर करते हैं सो सब तो पहला आप अरेंज करते हैं अरेंज करा सब तो पहला की आऊगा अपने को थ्री फिर फोर फिर फाइव आफ्टर दैट सिक्स फिर एट सैवन एट n9 ਤਬ ਚੈੱਕ ਕਰੀਏ ਸਾਰੀਆਂ ਟਰਮਸ ਹੋ ਗਈਆਂ 4 ਤੇ 4 8 ਹਾਂਜੀ ਲੋ ਬੇਟੀ ਸੋ ਹੁਣ ਆਪਾਂ ਗੱਲ ਕਰਦਿਆਂ ਵੀ ਇਸ ਦੇ ਮੀਡੀਅਨ ਕੱਢਣ ਦਾ ਫਾਰਮੂਲਾ ਕੀ ਹੈ ਸੋ ਇਹ ਆਪਾਂ ਗੱਲ ਕਰ ਰਹੇ ਹਾਂ ਯਾਦ ਰੱਖਿਓ ਅਨਗਰੁੱਪਡ ਡਾਟਾ ਬਾਰੇ ਠੀਕ ਹੈ ਸੋ ਫਾਰਮੂਲਾ ਕੀ ਰਹਿਣ ਵਾਲਾ ਰ ਹੈ ਜੀ ਮੀਡੀਅਨ ਦਾ ਇੱਥੇ ਸੋ ਮੈਂ ਇੱਥੇ ਲਿਖ ਦਿੰਦਾ ਮੀਡੀਅਨ ਇਕਵਲਸ ਟੂ n 1 ਡਿਵਾਈਡਿਡ ਬਾਈ 2 ਇੱਥੇ ਲਿਖਤਾ ਰ ਹੈ ਜੀ 2ਵਾਂ ਟਰਮ ਮਤਲਬ ਕਿ ਉੱਪਰਲੇ ਡਾਟਾ ਦੇ ਵਿੱਚ ਜਿਹੜੀ ਆ ਟਰਮ ਹੋਊਗੀ ਇਹ ਤੁਹਾਡਾ ਮੀਡੀਅਨ ਹੋਊਗੀ ਰਾਈਟ ਸੋ ਆਪਾਂ ਗੱਲ ਕਰਦੇ ਆ ਇੱਥੇ ਸੋ n ਦੀ ਵੈਲਿਊ ਕਿੰਨੀ ਹੈ n ਦੀ ਵੈਲਿਊ ਹੈ ਸਰ 5 ਸੋ ਆਪਾਂ ਇੱਥੇ ਫਿਲ ਕਰ ਦਿੰਨੇ ਆ 5 1 ਡਿਵਾਈਡਿਡ ਬਾਈ 2 20th ਟਰਮ ਠੀਕ ਹੈ ਯਾਦ ਰੱਖਿਓ ਇਹਦੇ ਪਿੱਛੇ ਮੈਂ ਟਰਮ ਪਾ ਰਿਹਾ ਸੋ ਕਿੰਨਾ ਬਣੂਗਾ 6 ਡਿਵਾਈਡਿਡ ਬਾਈ 2 3rd ਸੋ ਜਾਨਕੀ ਜਿਹੜੀ 3rd ਟਰਮ ਆ ਰਹੀ ਜੀ ਉਹ ਆਪਣਾ ਕੀ ਹੈ median ਤਾਂ थर्ड टर्म ਕੌਣ ਹੈ 4 ਹੈ ਰਾਈਟ ਸੋ ਪਲੀਜ਼ ਇੱਥੇ 3 ਨਾ ਮੀਡੀਅਨ ਆਇਆ थर्ड टर्म ਮੀਡੀਅਨ ਆਈ ਹੈ ਸੋ ਆਪਣੇ ਕੋਲ ਮੀਡੀਅਨ ਕਿੰਨਾ ਆਇਆ ਰਜੇ 4 ਰਾਈਟ ਸੋ ਸੇਮ ਗੱਲ ਆਪਾਂ ਇਧਰ ਨਹੀਂ ਸਾਈਡ ਕਰਦੇ ਆ ਪਰ ਫਾਰਮੂਲੇ ਨੂੰ ਧਿਆਨ ਨਾਲ ਸੁਣ ਲਿਓ ਸੋ ਆਪਣੇ ਕੋਲ ਇਧਰ ਮੀਡੀਅਨ ਦਾ ਫਾਰਮੂਲਾ ਕੀ ਰਹੂਗਾ ਜਦੋਂ n ਦੀ ਵੈਲਿਊ ਈਵਨ ਦਿੱਤੀ ਹੋਈ ਹੈ ਰਾਈਟ ਸੋ ਆਪਾਂ ਇੱਥੇ ਲਿਖਦੇ ਆ n 2 n/2th टर्म प्लस ਇੱਕ ਇਹਦੂ ਅਗਲੀ टर्म ਜਾਨਕੀ n/2 ਦੇ ਵਿੱਚ ਇੱਕ ਐਡ ਕਰਨਾ ਸੋ ਕਿੰਵੀਂ टर्म ਮੰਗੀ ਰਹਾ ਜੀ n/2 1 ਠੀਕ ਹੈ ਆ ਦੋਨਾਂ ਗੱਲਾਂ ਦਾ ਮਤਲਬ ਸੇਮ ਨਹੀਂ ਹੈਗਾ ਇਹਦੇ ਵਿੱਚ 1 ਉੱਪਰ ਲਿਖਿਆ ਹੋਇਆ ਇਹਦੇ ਵਿੱਚ ਪੂਰੀ टर्म ਦੇ ਨਾਲ ਪਲੱਸ ਪਾਇਆ अपॉन ਦੇ ਵਿੱਚ 2 ਇਹ ਰਜੀ ਤੁਹਾਡੇ ਕੋਲੇ टर्म ਨਹੀਂ ਆਊਗੀ ਇਹ ਡਾਇਰੈਕਟ ਤੁਹਾਡੇ ਕੋਲੇ ਕੀ ਆਊਗਾ ਮੀਡੀਅਨ ਆਜੂਗਾ ਠੀਕ ਹੈ ਇਦੇ ਵਿੱਚ ਤਾਂ ਆਪਾਂ ਗੱਲ ਕੀਤੀ ਸੀ ਵੀ ਐਨਮੀ ਟਰਮ ਆਊਗੀ ਮੀਡੀਅਨ ਇਹਦੇ ਵਿੱਚ ਕੀ ਹੋਊਗਾ ਡਾਇਰੈਕਟ ਮੀਡੀਅਨ ਹੀ ਆਨਸਰ ਆਜੂਗਾ ਸੋ ਐਨ ਦੀ ਵੈਲਿਊ ਦੇਖੋ ਕਿੰਨੀ ਹੈ 8 ਸੋ ਆਪਾਂ ਭਰਿਆ 8/2 8/2 ਮਤਲਬ 4ਥ ਟਰਮ ਹਨਾ 4ਥ ਹੀ ਬਣੂਗਾ ਜੀ ਪਲੱਸ 8/2 1 2 ਸੋ ਆਪਾਂ ਇਸ ਨੂੰ ਸਿੰਪਲੀ ਲਿਖ ਸਕਦੇ ਹਾਂ ਪਹਿਲੇ ਨੰਬਰ ਤੇ ਕੀ ਲਿਖਿਆ ਹੋਇਆ 4ਥ ਟਰਮ फिर लिखा हो रहा है जी फिफ्थ टर्म इसका मतलब की होजूगा फिफ्थ टर्म डिवाइडेड बाय टू सो बच्चे देखो फोर्थ टर्म केड़ी है, पहली दूसरी तीसरी चौथी फोर्थ टर्म हैगी फाइव एंड फिफ्थ टर्म कि सिक्स सो आप इतने फिल कर फाइव प्लस सिक्स डिवाइडेड बाय टू यानी कि ग्यारह बाय दो आपाई पॉइंट फाइव सो ये आया इस डाटा का ਮੀਡੀਅਨ ਸੋ ਆਪਾਂ ਇੱਥੇ ਆਨਸਰ ਲਿਖਦੇ ਆਂ ਮੀਡੀਅਨ ਦਾ ਆਨਸਰ ਕਿੰਨਾ ਆਇਆ 5.5 ਇਹਦਾ ਮਤਲਬ ਇਹ ਵੀ ਹੋ ਗਿਆ ਵੀ ਜੋ ਆਨਸਰ ਮੀਡੀਅਨ ਦਾ ਆਉਂਦਾ ਹੈ ਜ਼ਰੂਰੀ ਨਹੀਂ ਵੀ ਉਹ ਇਸ ਡਾਟਾ ਦੇ ਵਿੱਚ ਹੋ ਵੀ ਹੋਵੇ ਠੀਕ ਹੈ ਸੋ ਆਪਾਂ ਅਨ ਗਰੁੱਪਡ ਡਾਟਾ ਦਾ ਮੀਡੀਅਨ ਜੋ ਕਿ 8th 9th ਵਿੱਚ ਸਿੱਖਿਆ ਸੀ ਉਸ ਨੂੰ ਇੱਕ ਵਾਰੀ ਰਿਪੀਟ ਕਰ ਲਿਆ ਤਾਂ ਜੋ ਬੇਸਿਕਸ ਹੋਣ ਲੱਗ ਜੇ ਹੁਣ ਆਪਾਂ ਗੱਲ ਕਰਦੇ ਆਂ ਗਰੁੱਪਡ ਡਾਟਾ ਦੇ ਮੀਡੀਅਨ ਸੋ ਨੈਕਸਟ ਆਪਣੇ ਕੋਲ ਇੱਕ ਗਰੁੱਪਡ ਡਾਟਾ ਦਾ ਫਰਸਟ ਕੁਐਸਚਨ ਦਿੱਤਾ ਹੋਇਆ ਆਪਾਂ ਨੂੰ ਉਹਨਾਂ ਨੇ ਕਿਹਾ ਫਾਈਂਡ ਦਾ ਮੀਡੀਅਨ ਆਫ 기ਵਨ ਗਰੁੱਪਡ ਡਾਟਾ ਤਾਂ ਬੱਚੇ ਸੇਮ ਤਰ੍ਹਾਂ ਦਾ ਕੁਐਸਚਨ ਆਪਾਂ ਮੀਨ ਐਂਡ ਮੋਡ ਦੇ ਵਿੱਚ ਵੀ ਕੀਤਾ ਹੋਇਆ ਤਾਂ ਧਿਆਨ ਨਾਲ ਦੇਖੋ ਜਿਵੇਂ ਆਪਾਂ ਨੂੰ ਮੰਥਲੀ ਕੰਜ਼ਮਪਸ਼ਨ ਦਿੱਤਾ ਹੋਇਆ ਆਪਾਂ ਨੂੰ ਦਿੱਤਾ ਹੁੰਦਾ ਹੈ ਹੀ ਕਲਾਸ ਇੰਟਰਵਲਸ ਸੋ ਮੈਂ ਇਕੱਲਾ ਇੰਟਰਵਲ ਲਿਖ ਦਿੰਨੇ ਚਾਹੇ ਤੁਸੀਂ ਲਿਖ ਲਓ ਕਲਾਸ ਇੰਟਰਵਲ ਹਨਾ ਐਂਡ ਨੰਬਰ ਆਫ ਕੰਜ਼ਿਊਮਰਸ ਦੀ ਜਗ੍ਹਾ ਤੇ ਦਿੱਤਾ ਹੁੰਦਾ ਆਪਾਂ ਨੂੰ ਐਫ ਆਈਸ ਜਿਸ ਨੂੰ ਆਪਾਂ ਫ੍ਰੀਕੁਐਂਸੀਜ਼ ਵੀ ਕਹਿੰਦੇ ਆ ਪਰ ਇੱਕ ਗੱਲ ਇੱਥੇ ਸਾਰਿਆਂ ਨੇ ਪੱਲੇ ਬੰਨ ਲੈਣੀ ਹੈ ਜਦੋਂ ਵੀ ਤੁਸੀਂ ਮੀਡੀਅਨ ਦਾ ਕੁਐਸਚਨ ਕਰਨਾ ਹੈ ਸਾਰੇ ਜਾਣਿਆਂ ਨੇ ਇੱਕ ਨਵੀਂ ਟਰਮ ਕੱਢਣੀ ਹੈ ਜ਼ਰੂਰ ਉਸ ਦਾ ਨਾਮ ਹੈ ਜੀ ਕਮਿਊਲੇਟਿਵ ਫ੍ਰੀਕੁਐਂਸੀ ਆਦਰਵਾਇਜ਼ ਤੁਹਾਡਾ ਕੁਐਸਚਨ ਨਹੀਂ ਹੋਏਗਾ ਜੀ ਠੀਕ ਹੈ ਸੋ ਸਾਰੇ ਜਾਣੇ ਪਲੀਜ਼ ਇਸ ਨੂੰ ਪੱਲੇ ਬੰਨ ਲਓ ਕੀ ਚੀਜ਼ ਕੱਢਣੀ ਆਪਾਂ ਨਵੀਂ ਟਰਮ ਕਮਿਊਲੇਟਿਵ ਫ੍ਰੀਕੁਐਂਸੀ ਕਮਿਊਲੇਟਿਵ ਫ੍ਰੀਕੁਐਂਸੀ ਹੁੰਦੀ ਕੀ ਹੈ ਤਾਂ ਬੱਚੇ ਜਮ੍ਹਾਂ ਸਿੰਪਲ ਆਵਲੀ ਟਰਮ ਜਿਵੇਂ ਫਸਟ ਟਰਮ ਫ੍ਰੀਕੁਐਂਸੀ ਦੀ ਹੈ ਕਿੰਨੀ ਹੈ 4 ਇੱਥੇ ਵੀ ਤੁਸੀਂ ਕੀ ਲਿਖਦੇ ਹੋ 4 ਪਹਿਲੀ ਟਰਮ ਦੋਨਾਂ ਦੀ ਸੇਮ ਹੈ ਫ੍ਰੀਕੁਐਂਸੀ ਦੀ ਵੀ ਤੇ ਕਮਿਊਲਟਿਵ ਫ੍ਰੀਕੁਐਂਸੀ ਦੀ ਵੀ ਸੋ ਇੱਥੇ ਮੈਂ ਕਿੰਨਾ ਲਿਖ ਦੇਣਾ 4 ਲਓ ਜੀ ਅਗਲੀ ਟਰਮ ਅ ਅਗਲੀ ਚੀਜ਼ ਪਲੱਸ ਕਰ ਦਿਓ 4 ਦੇ ਵਿੱਚ 5 ਐਡ ਕੀਤਾ ਕਿੰਨਾ ਆਜੂਗਾ ਮੈਂ ਇੱਥੇ ਲਿਖ ਦੇਣਾ 4 ਦੇ ਵਿੱਚ ਕੀ ਐਡ ਕਰਨਾ 5 ਸੋ ਕਿੰਨਾ ਬਣ ਗਿਆ 9 ਹੁਣ ਅਗਲੀ ਟਰਮ 9 ਦੇ ਵਿੱਚ ਜਿਹੜਾ ਪਿਛਲਾ ਆਨਸਰ ਆ ਰਿਹਾ ਉਹਦੇ ਵਿੱਚ ਅਗਲਾ ਪਲੱਸ ਕਰੀ ਜਾਣਾ 9 ਦੇ ਵਿੱਚ 13 ਪਲੱਸ ਕਰ ਦਿਓ ਸੋ ਕਿੰਨਾ ਆਜੂਗਾ ਇਹ ਆਜੂਗਾ 22 ਹਨਾ ਅਗਲੀ ਟਰਮ 22 ਦੇ ਵਿੱਚ 20 ਪਲੱਸ ਕਰ ਦਿਓ ਸੋ 22 ਦੇ ਵਿੱਚ 20 ਪਲੱਸ ਕੀਤਾ ਇਹ ਆ ਗਿਆ 42 ਨੈਕਸਟ ਵਨ 14 ਪਲੱਸ ਕਰ ਦਿਓ 42 ਦੇ ਵਿੱਚ 14 ਪਲੱਸ ਕਰਤਾ ਇਹ ਆ ਗਿਆ ਸਰ 56 56 ਦੇ ਵਿੱਚ 8 ਪਲੱਸ ਕਰ ਦਿਓ 56 plus 8 ਸੋ ਕਿੰਨਾ ਆ ਗਿਆ 64 ਨੈਕਸਟ ਵਨ 4 ਪਲੱਸ ਕਰ ਦਿਓ ਸੋ ਬੱਚੇ 64 ਦੇ ਵਿੱਚ 4 ਪਲੱਸ ਕੀਤਾ ਕਿੰਨਾ ਆ ਗਿਆ 68 ਠੀਕ ਹੈ ਲੋ ਬਈ ਸੋ ਆ ਬਿਲਕੁਲ ਸਿੰਪਲ ਚੀਜ਼ ਸੀ ਆਪਾਂ ਕੀ ਸਿੱਖਿਆ ਵੀ ਕਮਿਊਲੇਟਿਵ ਫ੍ਰੀਕਵੈਂਸੀ ਆਪਾਂ ਕਿਵੇਂ ਕੱਢਣੀ ਹੈ ਪਿਛਲੀ ਟਰਮ ਦੇ ਵਿੱਚ ਅਗਲਾ ਆਪਾਂ ਕੀ ਕਰੀ ਜਾਣਾ ਐਡ ਅਪ ਕਰੀ ਜਾਣਾ ਠੀਕ ਹੈ ਸੋ ਹੁਣ ਅਗਲੀ ਜਿਹੜੀ ਗੱਲ ਹੈ ਸਾਰੀਆਂ ਫ੍ਰੀਕੁਐਂਸੀਜ਼ ਦਾ ਐਡ ਕਰਕੇ ਦੇਖੋ 4 ਤੇ 5 9 ਤੇ 13 22 ਬਿਲਕੁਲ ਸੇਮ ਇਹ ਵੀ ਕੀ ਬਣੂਗਾ ਤੁਹਾਡੇ ਕੋਲ 68 ਹੀ ਬਣੂਗਾ ਠੀਕ ਹੈ ਜੇਕਰ ਆਹ ਵਾਲੀ ਟਰਮ 68 ਆਇਆ ਸਾਰਿਆਂ ਦਾ ਸਮ ਤੇ ਲਾਸਟ ਟਰਮ 68 ਆਈ ਹੈ ਤਾਂ ਤੁਸੀਂ ਆਬਵੀਅਸਲੀ ਕੁਐਸਚਨ ਬਿਲਕੁਲ ਸਹੀ ਕਰ ਰਹੇ ਹੋ ਆਦਰਵਾਇਜ਼ ਆਪਣੀ ਕੈਲਕੂਲੇਸ਼ਨ ਚੈੱਕ ਕਰੋ ਕਿਤੇ ਨਾ ਕਿਤੇ ਕੋਈ ਗੜਬੜੀ ਹੈ ਮੈਂ ਫੇਰ ਦੱਸਣ ਲੱਗਿਆ ਕਮਿਊਲੇਟਿਵ ਫ੍ਰੀਕੁਐਂਸੀ ਦੀ ਲਾਸਟ ਟਰਮ ਤੇ ਤੁਹਾਡਾ ਐਡ ਜਿਸ ਨੂੰ ਆਪਾਂ ਬੋਲਦੇ ਸੀ ਸਮੇਸ਼ਨ ਐਫ ਆਈ ਹਨਾ ਇਹ ਦੋਨੇ ਕੀ ਆਉਣੇ ਚਾਹੀਦੇ ਆ ਰਜੇ ਸੇਮ ਸਮ ਤੇ ਕਮਿਊਲਟਿਵ ਫ੍ਰੀਕੁਐਂਸੀ ਦੀ ਲਾਸਟ ਟਰਮ ਠੀਕ ਹੈ ਸੋ ਇਸ ਨੂੰ ਆਪਾਂ ਐਨ ਵੀ ਕਹਿ ਸਕਦੇ ਆ ਨੰਬਰ ਆਫ ਟਰਮਸ ਜਾਂ ਨੰਬਰ ਆਫ ਅਬਜ਼ਰਵੇਸ਼ਨਸ ਠੀਕ ਹੈ ਜਾਂ ਫ੍ਰੀਕੁਐਂਸੀ ਦੇ ਅੱਗੇ ਆਪਾਂ ਸਮੇਸ਼ਨ ਪਾ ਕੇ ਸਿੱਖਿਆ ਹੋਇਆ ਲੋ ਬਈ ਸੋ ਹੁਣ ਆਪਾਂ ਗੱਲ ਕਰਦੇ ਆ ਮੀਡੀਅਨ ਦੇ ਫਾਰਮੂਲੇ ਦੀ ਤਾਂ ਮੀਡੀਅਨ ਦਾ ਆਪਣੇ ਕੋਲ ਗਰੁੱਪਡ ਡਾਟਾ ਦਾ ਕੱਢਣ ਦਾ ਫਾਰਮੂਲਾ ਕੀ ਹੈ ਤਾਂ ਆਪਣੇ ਕੋਲੇ ਲਾਸਟ ਫਾਰਮੂਲਾ ਰਜੇ ਇਸ ਨੂੰ ਇੰਪੋਰਟੈਂਟ ਮਾਰਕ ਕਰ ਦਿੰਨੇ ਆ ਪਹਿਲਾਂ ਹੀ ਕਿਉਂਕਿ ਮੈਂ ਬੋਲਿਆ ਹੋਇਆ ਵੀ ਇੱਥੋਂ ਕੁਐਸਚਨ ਬਣਨਾ ਹੀ ਬਣ ਹੈ ਸਭ ਤੋਂ ਪਹਿਲਾਂ ਮੀਡੀਅਨ ਕਿਹਦੇ ਕੋਲ ਹੁੰਦਾ ਹੈ l n 2 minus cf upon f into h ਤਾਂ ਪਲੀਜ਼ ਇਸ ਨੂੰ ਯਾਦ ਕਰ ਲਓ ਚੰਗੇ ਤਰੀਕੇ ਸੋ ਹੁਣ ਆਪਾਂ ਗੱਲ ਕਰਦੇ ਆ ਵੀ ਇਹ l ਕੌਣ ਹੈ ਤਾਂ ਬੱਚੇ l ਕੌਣ ਹੈ ਲੋਅਰ ਲਿਮਿਟ ਆਫ ਮੀਡੀਅਨ ਕਲਾਸ ਹੁਣ ਥੋੜੇ ਜਿਆਦਾ ਆ ਰਿਹਾ ਹੁਣ ਵੀ ਪਿਛਲੇ ਲੈਕਚਰ ਵਿੱਚ ਆਪਾਂ ਗੱਲ ਕੀਤੀ ਸੀ ਮਾਡਲ ਕਲਾਸ ਦੀ ਤਾਂ ਇੱਥੇ ਕੀ ਦੀ ਗੱਲ ਕਰਾਂਗੇ ਮੀਡੀਅਮ ਕਲਾਸ ਦੀ ਠੀਕ ਹੈ ਸੇਮ ਗੱਲ ਹੈ ਐਨ ਐਨ ਕੌਣ ਆ ਰਿਹਾ ਜੀ ਨੰਬਰ ਆਫ ਅਬਜ਼ਰਵੇਸ਼ਨਸ ਜੋ ਆਪਣੀਆਂ 68 ਆਈਆਂ ਸੀ ਜਾਂ ਸਮੇਸ਼ਨ ਐਫ ਆਈ ਸਾਰਿਆਂ ਦਾ ਸਮ ਕਿੰਨਾ ਆਇਆ ਸੀ ਆਪਣਾ 68 ਸੀ ਐਫ ਸੀ ਐਫ ਕੌਣ ਆ ਰਿਹਾ ਜੀ ਕਮਿਊਲੇਟਿਵ ਫ੍ਰੀਕਵੈਂਸੀ ਆਫ ਕਲਾਸ ਪ੍ਰਸੀਡਿੰਗ ਪ੍ਰਸੀਡਿੰਗ ਵਰਡ ਦਾ ਮਤਲਬ ਪਹਿਲਾਂ ਠੀਕ ਹੈ ਪ੍ਰਸੀਡਿੰਗ ਦਾ ਮੀਡੀਅਨ ਕਲਾਸ ਇਸ ਬਾਰੇ ਜਦੋਂ ਆਪਾਂ ਕੁਐਸਚਨ ਚ ਵਾਪਸ ਗਏ ਉਦੋਂ ਹੋਰ ਕਲੀਅਰ ਕਰੂੰਗਾ ਓਕੇ ਐਫ ਐਫ ਕੌਣ ਰਜੀਵ ਫ੍ਰੀਕਵੈਂਸੀ ਆਫ ਮੀਡੀਅਨ ਕਲਾਸ ਜਨਕੀ ਮੀਡੀਅਨ ਕਲਾਸ ਦੀ ਜਿਹੜੀ ਐਫ ਹੈ ਉਸ ਨੂੰ ਆਪਾਂ ਕੀ ਬੋਲਦੇ ਆ ਐਫ ਐਚ ਐਚ ਆਪਾਂ ਨੂੰ ਪਤਾ ਹੀ ਹੈ ਕਲਾਸ ਸਾਈਜ਼ ਜਾਂ ਵਿੱਥ ਤਾਂ ਪਹਿਲਾਂ ਤਾਂ ਫਾਰਮੂਲੇ ਨੂੰ ਆਪਦੇ ਦਿਮਾਗ ਚ ਫਿੱਟ ਕਰ ਲਓ ਸੋ ਆਪਾਂ ਨੈਕਸਟ ਪੇਜ ਤੇ ਜਾ ਕੇ ਪਹਿਲਾਂ ਫਾਰਮੂਲਾ ਹੀ ਲਿਖਦੇ ਆ ਜੀ ਤਾਂ ਫਾਰਮੂਲਾ ਕੀ ਸੀਗਾ ਮੀਡੀਅਨ ਕੱਢਣ ਦਾ median is equals to ਇਸ ਨੂੰ ਯਾਦ ਕਰ ਲਓ ਰੇ ਚੰਗੇ ਤਰੀਕੇ L ਬ੍ਰੈਕਟ ਦੇ ਵਿੱਚ n 2 cf ਅਪੋਂਡ ਦੇ ਵਿੱਚ f ਤੇ ਇੰਟੂ ਦੇ ਵਿੱਚ ਕੀ ਸੀਗਾ h ਹਨਾ ਸੋ ਇਹ ਤਾਂ ਅਸੀਂ ਆਪਣਾ ਫਾਰਮੂਲਾ ਜੋ ਆਪਾਂ ਕਰਕੇ ਆਏ ਹਾਂ ਹੁਣ ਗੱਲ ਕਰਨ ਲੱਗਿਆਂ ਇੰਪੋਰਟੈਂਟ ਚੀਜ਼ ਦੀ ਜਿਸ ਦਾ ਨਾਮ ਹੈ median class ਬੱਚੇ ਇੱਥੇ ਬਹੁਤ ਵੱਡੀ ਗਲਤੀ ਕਰਦੇ ਆ ਹਮੇਸ਼ਾ ਸੋ ਆਪਾਂ ਇੱਕ ਸਟੈਪ 'ਚ ਇਸ ਨੂੰ ਚੰਗੇ ਤਰੀਕੇ ਸਿੱਖ ਲਾਂਗੇ ਪਹਿਲੀ ਗੱਲ ਤੁਸੀਂ ਧਿਆਨ ਦੇਣਾ ਐ n ਬਾਰੇ ਸੋ n ਤੁਹਾਡੇ ਕੋਲੇ ਕਿੰਨਾ ਦਿੱਤਾ ਹੋਇਆ ਜਿਵੇਂ ਆਪਾਂ ਨੂੰ ਦਿੱਤਾ ਹੋਇਆ 68 ਤਾਂ ਮੈਂ ਇੱਥੇ ਜੀ ਤੁਹਾਨੂੰ ਲਿਖ ਕੇ ਦਿਖਾ ਦਿੰਨਾ ਹਾਂਜੀ ਸੋ n ਨੂੰ ਨਾ ਹਮੇਸ਼ਾ 2 ਨਾਲ ਡਿਵਾਈਡ ਕਰ ਲਿਓ ਠੀਕ ਹੈ ਸੋ ਆਪਣੇ ਕੋਲ ਕਿੰਨਾ ਦਿੱਤਾ ਹੋਇਆ ਜੀ 68 68 ਨੂੰ 2 ਨਾਲ ਡਿਵਾਈਡ ਕੀਤਾ ਤਾਂ ਆਪਣੀ ਕਿੰਨੀ ਟਰਮ ਆ ਗਈ ਇਹ ਆ ਗਈ ਆਪਣੀ 34th 34th ਆ ਗਈ ਠੀਕ ਹੈ ਹੁਣ ਕੀ ਕਰਨਾ ਹੈ ਸਿਰਫ ਤੇ ਸਿਰਫ ਪੂਰਾ ਫੋਕਸ ਦੇਣਾ ਹੈ ਕਮਿਲੇਟਿਵ ਫ੍ਰੀਕੁਐਂਸੀ ਦੇ ਵਿੱਚ 34 ਤੋਂ ਜਸਟ ਗ੍ਰੇਟਰ ਟਰਮ ਕਿਹੜੀ ਹੈ ਸੀਐਫ ਦੇ ਵਿੱਚ ਮੈਂ ਫੇਰ ਰਿਪੀਟ ਕਰ ਰਿਹਾ ਜੋ ਤੁਹਾਡਾ ਇਹ ਆਨਸਰ ਬਣਿਆ ਇਸ ਤੋਂ ਜਸਟ ਗ੍ਰੇਟਰ ਟਰਮ ਕਿਹੜੀ ਹੈ ਸੀਐਫ ਦੇ ਵਿੱਚ ਹਾਂਜੀ ਤਾਂ ਦੇਖੋ 49 22 42 ਬਿਲਕੁਲ ਗ੍ਰੇਟਰ ਅਜੇ ਕਿਹੜੀ ਹੈ ਜਸਟ 34 ਤੋਂ ਵੱਡੀ ਤਾਂ ਕੌਣ ਹੈ 42 ਤਾਂ ਇਹ ਵਾਲੀ ਰੋ ਆ ਜਿਹੜੀ ਇਹ ਤੁਹਾਡੀ ਕਿਹੜੀ ਰੋ ਬਣਦੀ ਹੈ ਰਜੇ ਇਹ ਬਣਦੀ ਹੈ ਜੀ ਮੀਡੀਅਨ ਕਲਾਸ ਕਲੀਅਰ ਹੋ ਗਈ ਗੱਲ ਮੀਡੀਅਨ ਕਲਾਸ ਕਿਵੇਂ ਫਾਈਂਡ ਆਊਟ ਕਰਾਂਗੇ ਐਨ ਨੂੰ 2 ਨਾਲ ਡਿਵਾਈਡ ਕਰਨਾ ਜੋ ਤੁਹਾਡੇ ਕੋਲੇ ਟਰਮ ਆ ਗਈ 34 ਇਸ ਤੋਂ ਜਸਟ ਵੱਡੀ ਟਰਮ ਕਿਸ ਦੇ ਵਿੱਚ ਦੇਖਣੀ ਹੈ ਸੀਐਫ ਦੇ ਵਿੱਚ ਠੀਕ ਹੈ ਹੁਣ ਬਹੁਤ ਬੱਚਿਆਂ ਦਾ ਨਾ ਇਹ ਕੁਐਸਚਨ ਬਣ ਜਾਂਦਾ ਵੀ ਜੇਕਰ ਸਰ ਐਨ ਦੀ ਵੈਲਿਊ ਆਡ ਆ ਗਈ ਫਿਰ 2 ਨਾਲ ਕਿਵੇਂ ਡਿਵਾਈਡ ਕਰਾਂਗੇ ਤਾਂ ਕੋਈ ਚੱਕਰ ਨਹੀਂ ਉਦੋਂ ਤੁਸੀਂ n+1 ਕਰਕੇ ਫਿਰ 2 ਨਾਲ ਡਿਵਾਈਡ ਕਰ ਲਿਆ ਕਰੋ ਫਿਰ ਵੀ ਗੱਲ ਸੇਮ ਹੀ ਆਊਗੀ ਠੀਕ ਹੈ ਜੇਕਰ ਆਡ ਆ ਜਾਈ ਫਿਰ ਕੀ ਕਰ ਲਿਆ ਕਰੋ n ਦੇ ਵਿੱਚ ਇੱਕ ਐਡ ਕਰ ਲਿਆ ਕਰੋ ਈਵਨ ਬਣ ਜਾ ਕਰੋ ਫਿਰ 2 ਨਾਲ ਡਿਵਾਈਡ ਕਰ ਲਿਆ ਕਰੋ ਬਾਕੀ ਪ੍ਰੋਸੈਸ ਬਿਲਕੁਲ ਸੇਮ ਹੈ ਲਓ ਬਈ ਸੋ ਹੁਣ ਇਹ ਵਾਲੀ ਚੀਜ਼ ਨੂੰ ਆਪਾਂ ਬੋਲਦੇ ਆ ਜੀ ਆਪਣੀ ਸਾਰੀ ਦੀ ਸਾਰੀ ਕੌਣ ਆ ਗਈ ਮੀਡੀਅਮ ਕਲਾਸ ਜਿਨ੍ਹਾਂ ਨੂੰ ਮੀਡੀਅਮ ਕਲਾਸ ਕੱਢਣੀ ਆ ਗਈ ਮੈਂ ਤਾਂ ਕਿੰਨਾ ਉਹਨਾਂ ਦਾ ਟੌਪਿਕ ਹੋ ਗਿਆ ਠੀਕ ਹੈ ਲਓ ਬਈ l ਕੌਣ ਸੀ ਲੋਅਰ ਲਿਮਿਟ ਆਫ ਮੀਡੀਅਨ ਕਲਾਸ ਤਾਂ l ਬੱਚੇ ਆਪਣੀ ਕਿੰਨੀ ਹੈ 125 ਆਪਾਂ ਇੱਥੇ ਲਿਖਣ ਨਾਲ ਲੱਗਦੀ ਹੈ ਹਨਾ ਸੋ ਇੱਥੇ ਜੀ ਲਿਖ ਲੈਣੇ ਆ ਡੱਬੇ ਦੇ ਵਿੱਚ l ਕਿੰਨੀ ਸੀ ਆਪਣੀ l ਸੀਗੀ 125 ਠੀਕ ਹੈ ਜੀ ਫੋਰ ਅਗਲੀ ਚੀਜ਼ n n ਤਾਂ ਆਪਾਂ ਨੂੰ ਪਤਾ ਹੀ ਹੈ ਕਿੰਨੇ 68 ਅਗਲੀ ਟਰਮ cf ਸਭ ਤੋਂ ਇੰਪੋਰਟੈਂਟ ਚੀਜ਼ ਤੇ ਬੱਚੇ ਫੇਰ ਇੱਥੇ ਗਲਤੀ ਕਰਦੇ ਕਰਦੇ ਆ सीएफ कितनी है कोई भी ਤੁਹਾਡੇ ਚੋਂ ਦੱਸ ਸਕਦਾ ਹੈ ਵੀਡੀਓ ਨੂੰ ਪਾਜ਼ ਕਰਕੇ ਦੇਖੋ ਬੱਚੇ ਆਪਾਂ ਪਿਛਲੇ ਪੇਜ ਤੇ ਕਰਕੇ ਆਏ ਆਂ ਸੀਐਫ ਕੀ ਹੁੰਦਾ ਕਮਿਲੇਟਿਵ ਫ੍ਰੀਕੁਐਂਸੀ ਪ੍ਰਸੀਡਿੰਗ ਪ੍ਰਸੀਡਿੰਗ ਵਰਡ ਸੀਗਾ ਪ੍ਰਸੀਡਿੰਗ ਫ੍ਰੀਕੁਐਂਸੀ ਆਫ ਮੀਡੀਅਨ ਕਲਾਸ ਜਣਕੀ ਮੀਡੀਅਨ ਕਲਾਸ ਤੋਂ ਪਹਿਲਾਂ ਵਾਲੀ ਜਿਹੜੀ ਕਮਿਲੇਟਿਵ ਫ੍ਰੀਕੁਐਂਸੀ ਆ ਉਸ ਨੂੰ ਆਪਾਂ ਕੀ ਬੋਲਾਂਗੇ ਸੀਐਫ ਠੀਕ ਹੈ ਬੱਚੇ ਇੱਥੇ ਗਲਤੀ ਕਰ ਜਾਂਦੇ ਆ 42 ਨੂੰ ਸੀ ਐਫ ਕਾਊਂਟ ਕਰ ਜਾਂਦੇ ਆ ਪਰ ਹੈ ਕੌਣ ਉਸ ਤੋਂ ਪ੍ਰਸੀਡਿੰਗ ਪ੍ਰਸੀਡਿੰਗ ਕੌਣ ਹੋ ਰਿਹਾ ਜੀ ਆਪਣੇ ਕੋਲ 22 ਸੋ ਮੈਂ ਇੱਥੇ ਲਿਖ ਦਿੰਦਾ ਸੀ ਐਫ ਹੈਗਾ ਆਪਣਾ 22 ਓਕੇ ਅਗਲੀ ਟਰਮ ਐਫ ਐਫ ਕੌਣ ਹੋ ਰਿਹਾ ਜੀ ਫ੍ਰੀਕੁਐਂਸੀ ਆਫ ਮੀਡੀਅਨ ਕਲਾਸ ਤਾਂ ਕਿੰਨੀ ਹੈ 20 ਲਓ ਜੀ ਐਂਡ ਲਾਸਟ ਟਰਮ ਐਚ ਐਚ ਕਿੰਨੀ ਹੈ ਐਚ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਹੁੰਦੀ ਹੈ ਵਿੱਥ ਸਾਈਜ਼ ਕਿੰਨਾ ਹੈ ਤਾਂ ਬਟੇ ਕਿੰਨਾ ਕਿੰਨਾ ਗੈਪ ਇਹਨਾਂ ਦਾ 20 ਦਾ ਸੋ so, h ਕਿੰਨੀ ਆ ਗਈ ਆਪਣੀ 20 ਲਓ ਬਈ ਸਾਰੀਆਂ ਟਰਮਸ ਚੱਕ ਕੇ ਭਰਦੇ ਆ ਫਾਰਮੂਲੇ ਚ ਐਂਡ ਆਨਸਰ ਆ ਗਿਆ ਹਾਂਜੀ ਸੋ ਸਭ ਤੋਂ ਪਹਿਲਾਂ l l ਕਿੰਨਾ ਹੈ 125 ਫਿਰ n 2 68 2 cf cf ਕਿੰਨਾ ਸੀ ਰਜੇ 22 ਅਪੋਂ f f ਕਿੰਨਾ ਸੀ 20 ਇੰਟੂ ਦੇ ਵਿੱਚ h h ਕਿੰਨਾ ਸੀ 20 ਪਹਿਲਾਂ ਤਾਂ 20 ਨਾਲ 20 ਵੜਕਾ ਦਿਓ ਠੀਕ ਹੈ ਸੋ ਆਨਸਰ ਕਿ ਨਾਮ ਆਉਂਦਾ 125 ਪਲੱਸ ਆਪਾਂ ਨੂੰ ਜੁਗਰਾਜੀ 34 ਮਾਈਨਸ 22 ਸੋ ਇਹ ਆਜੂਗਾ ਜੀ 12 ਐਂਡ 125 ਦੇ ਵਿੱਚ 12 ਪਲੱਸ ਕੀਤਾ ਤਾਂ ਆਪਣੇ ਕੋਲੇ ਆਜੂਗਾ 137 ਐਂਡ ਇਹ ਆਪਣਾ ਕੀ ਹੋਇਆ ਰਿਕੁਆਇਰਡ ਆਨਸਰ ਆਪਣੇ ਮੀਡੀਅਨ ਦਾ ਸੋ ਪੂਰੇ ਡਾਟਾ ਦਾ ਜਿਹੜਾ ਮੀਡੀਅਨ ਆਇਆ ਉਹ ਕਿੰਨਾ ਆਇਆ 137 ਇਕ్వੇਸ਼ਨ ਇਹੋ ਜਿਹਾ ਅਸੀਂ ਜਿਸ ਦੇ ਵਿੱਚ ਆਪਾਂ ਬੇਸਿਕ ਸਿੱਖਿਆ ਹੁਣ ਆਪਾਂ ਦੋ ਕੁਐਸਚਨ ਇਹੋ ਜਿਹੇ ਕਰਨੇ ਆ ਜਿਨ੍ਹਾਂ ਦੀ 101% ਉਮੀਦ ਹੈ ਵੀ ਐਗਜ਼ਾਮ ਦੇ ਵਿੱਚ ਮਿਲਦੇ ਹੀ ਮਿਲਦੇ ਆ ਸੋ ਨੈਕਸਟ ਆਪਣੇ ਕੋਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਆਪਾਂ ਨੂੰ ਉਹਨਾਂ ਨੇ ਕਿਹਾ ਹੋਇਆ ਮੀਡੀਅਨ ਆਫ ਡਾਟਾ ਇਜ਼ 28.5 ਯਾਨੀ ਕਿ ਮੀਡੀਅਨ ਦਿੱਤਾ ਹੋਇਆ ਐਂਡ ਫਾਈਂਡ ਆਊਟ ਕਰਨਾ ਆਪਾਂ ਵੈਲਿਊ ਆਫ ਐਕਸ ਐਂਡ ਵਾਈ ਤਾਂ ਬੱਚੇ ਇਸ ਕੁਐਸਚਨ ਦੀ ਟਾਈਪ ਦਾ ਨਾਮ ਹੈ ਮਿਸਿੰਗ ਫ੍ਰੀਕੁਐਂਸੀ ਯਾਨੀ ਕਿ x ਤੇ y ਆਪਣੇ ਕੋਣ ਹੈ ਫ੍ਰੀਕਵੈਂਸੀ ਦੀਆਂ ਟਰਮਸ ਨੇ ਇੱਥੇ ਤੁਹਾਨੂੰ f1 ਤੇ f2 ਵੀ ਦਿੱਤਾ ਜਾ ਸਕਦਾ ਹੈ a ਤੇ b ਵੀ ਦਿੱਤਾ ਜਾ ਸਕਦਾ ਕੁਝ ਵੀ ਠੀਕ ਹੈ ਸੋ ਮਿਸਿੰਗ ਫ੍ਰੀਕਵੈਂਸੀ ਚੋ ਇੱਕ ਕੁਐਸਚਨ ਬਣਦਾ ਹੀ ਬਣਦਾ ਹੁੰਦਾ ਸੋ ਧਿਆਨ ਨਾਲ ਦੇਖਿਓ ਆਪਾਂ ਨੂੰ ਇੱਕ ਦੀ ਮੀਡੀਅਨ ਦੇ ਰੱਖਿਆ ਤਾਂ ਪਹਿਲਾਂ ਤਾਂ ਮੈਂ ਇੱਥੇ ਫਾਰਮੂਲਾ ਲਿਖਦਾ ਫਾਰਮੂਲਾ ਕੀ ਹੁੰਦਾ ਮੀਡੀਅਨ ਇਕਵਲਸ ਟੂ ਕੀ ਫਾਰਮੂਲਾ ਸੀ l n 2 cf ਅਪੌਨ ਦੇ ਵਿੱਚ ਐਫ ਇੰਟੂ ਦੇ ਵਿੱਚ ਐਚ ਇਹੀ ਫਾਰਮੂਲਾ ਸੀਗਾ ਠੀਕ ਹੈ ਜਦੋਂ ਮੈਂ ਫਾਰਮੂਲਾ ਲਿਖ ਲੈਣਾ ਮੇਰੇ ਯਾਦ ਆ ਜਾਂਦਾ ਵੀ ਸੀ ਐਫ ਵੀ ਮੈਂ ਕੱਢਣਾ ਮੀਡੀਅਮ ਵਾਸਤੇ ਸੀ ਐਫ ਦਾ ਹੋਣਾ ਲਾਜ਼ਮੀ ਹੈ ਸੋ ਪਹਿਲਾਂ ਪਰ ਜੇ ਸੀ ਐਫ ਦੀ ਗੱਲ ਕਰਦੇ ਆ ਸੋ ਸੀ ਐਫ ਕਿਵੇਂ ਸਿੱਖਿਆ ਸੀ ਪਹਿਲਾਂ ਤਾਂ ਬਿਲਕੁਲ ਸੇਮ ਜੇ 5 ਆ ਤਾਂ ਇੱਥੇ 5 ਹੀ ਲਿਖਾਂਗੇ ਫਿਰ ਅਗਲੀ ਟਰਮ ਪਲੱਸ ਕਰਾਂਗੇ ਸੋ 5 ਐਕਸ ਪਿਛਲੇ ਕੁਐਸਚਨ ਚ ਆਪਾਂ ਬੇਸਿਕਸ ਬਹੁਤ ਡਿਟੇਲਸ ਕਰਕੇ ਆਏ ਆ ਫਿਰ ट्वेंटी प्लस कर देंगे कि ट्वेंटी फाइव प्लस एक्स फिर आप पंद्रह प्लस कर देंगे कि 40 प्लस एक्स फिर बच्चे की करा वाई प्लस कर देंगे फोर्टी प्लस एक्स प्लस वाई एंड फिर करा फाइव प्लस सो बन जूगा फोर्टी फाइव प्लस एक्स प्लस वाई तो याद करो पिछले क्वेश्चन ज मैं बहुत जोर दे के एक गल कही सी, भी जो ਸਾਰੀਆਂ ਫ੍ਰੀਕੁਐਂਸੀਜ਼ ਦਾ ਟੋਟਲ ਆਊਗਾ ਤੇ ਤੁਹਾਡੀ ਲਾਸਟ ਟਰਮ ਆਊਗੀ ਉਹ ਕੀ ਹੋਣੀ ਚਾਹੀਦੀ ਹੈ ਬਲਤੇਸ਼ਵਰ ਜੀ ਸੇਮ ਸੋ ਜਿੰਨਾ ਆ ਆਦਪੰਸ਼ੂ ਉਹਨਾਂ ਕੀ ਹੋਊਗਾ ਆ ਵਾਲੀ ਟਰਮ ਠੀਕ ਹੈ ਸੋ ਕਹਿਣ ਦਾ ਮਤਲਬ ਆ ਦੋਨੋਂ ਤਾਂ ਆਪਾਂ ਡਿਸਕਸ ਕਰ ਚੁੱਕੇ ਸੀ ਵੀ ਬਿਲਕੁਲ ਸੇਮ ਹੀ ਆਉਂਦੇ ਆ ਹਨਾ ਸੋ ਆਪਾਂ ਇੱਥੇ ਰੱਖ ਲਈਏ ਫਿਰ ਪਹਿਲੀ ਇਕੁਏਸ਼ਨ 45 प्लस x प्लस y ਕਿਹਦੇ ਕੋਲ ਹੈ 60 ਦੇ ਸੋ ਬੱਚੇ x y ਦੀ ਵੈਲਿਊ ਕਿੰਨੀ ਆਜੂਗੀ 15 ਹਨਾ ਤੇ ਮੈਂ ਇਥੋਂ y ਦੀ ਵੈਲਿਊ ਤਿਆਰ ਕਰ ਲੈਣਾ ਬਿਕੋਜ਼ x ਤੇ y ਕੱਢਣਾ ਸਬਸਟੀਟਿਊਸ਼ਨ ਐਲੀਮੀਨੇਸ਼ਨ ਦੀ ਲੋੜ ਪੈਣੀ ਪੈਣੀ ਹੈ ਸੋ ਬੱਚੇ y ਦੀ ਵੈਲਿਊ ਕਿੰਨੀ ਬਣਾ ਲਈਏ ਇਥੋਂ y ਦੀ ਵੈਲਿਊ ਤਿਆਰ ਕਰ ਲੈਨੇ ਆ 15 x ਲਓ ਜੀ ਕਰ ਲਈ ਤਿਆਰ ਠੀਕ ਹੈ ਹੁਣ ਕੀ ਕਰਾਂਗੇ ਆਪਾਂ ਦੂਸਰੀ ਸਾਈਡ ਵੈਲਿਊਸ ਪਰ ਰਾਂਗੇ ਤੇ ਆਪਣਾ ਕੁਐਸਚਨ ਸੋਲਵ ਹੋ ਜਾਊਗਾ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਲੋੜ ਹੈ l ਦੀ ਪਰ l ਤੋਂ ਪਹਿਲਾਂ ਆਪਾਂ ਨੂੰ ਮੀਡੀਅਨ ਕਲਾਸ ਚਾਹੀਦੀ ਹੈ ਮੀਡੀਅਨ ਕਲਾਸ ਇਸ ਕੁਐਸਚਨ ਦੀ ਕੱਢਣ ਵਿੱਚ ਬਹੁਤ ਦਿਮਾਗ ਲੱਗਣਾ ਹੈ ਧਿਆਨ ਨਾਲ ਸੁਣਨਾ ਬੱਚੇ ਗਲਤੀ ਕਰਦੇ ਰਹਿੰਦੇ ਆ ਸੋ ਬੱਚੇ ਮੀਡੀਅਨ ਕਲਾਸ ਵਾਸਤੇ ਆਪਾਂ ਕੀ ਕਰਦੇ ਹੁੰਨੇ ਆ ਸਭ ਤੋਂ ਪਹਿਲਾਂ n ਦੀ ਗੱਲ ਕਰਦੇ ਆ ਸੋ n ਨੂੰ ਆਪਾਂ ਕੀ ਕਰਦੇ ਹੁੰਨੇ ਆ 2 ਨਾਲ ਡਿਵਾਈਡ ਸੋ 16 ਨੂੰ 2 ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ 30th ਸੋ ਸੀਐਫ ਦੇ ਵਿੱਚ ਆਪਾਂ ਸੋਚਿਆ ਸੀ ਵੀ 30th ਟਰਮ ਦੇਖਣੀ ਹੈ ਵੀ ਕਿੱਥੇ ਜੇ ਲਾਈ ਕਰਦੀ ਹੈ ਜਾਨੀ ਕਿ ਉਸ ਤੋਂ ਜਸਟ ਵੱਡੀ ਟਰਮ ਆਪਾਂ ਚੱਕ ਲੈਣੀ ਹੈ 5 ਤੋਂ ਬਾਅਦ 5 x ਹੁਣ ਦੇਖੋ 25 x ਬੇਟਾ ਜੀ x ਦੀ ਵੈਲਿਊ ਸਪੋਜ਼ ਕਰ ਲਓ 4 ਹੋਵੇ ਤਾਂ ਇਹ ਤਾਂ ਆਪਣੇ ਕੋਲੇ 29 ਬਣੂਗਾ ਪੰਗਾ ਪੈ ਜੂ ਪਰ ਜੇ x ਦੀ ਵੈਲਿਊ ਆਪਣੇ ਕੋਲੇ 6 ਹੋਵੇ ਤਾਂ ਇਹ 31 ਬਣ ਜੂਗਾ ਫਿਰ ਆਪਾਂ ਇਸ ਨੂੰ ਚੱਕ ਵੀ ਸਕਦੇ ਹਾਂ ਕਿਉਂਕਿ 30 ਤੋਂ ਜਸਟ ਵੱਡੀ ਟਰਮ ਆਪਾਂ ਨੂੰ ਚਾਹੀਦੀ ਹੈ ਹੁਣ ਇੱਥੇ ਆਪਾਂ ਫਸ ਗਏ ਵੀਰ ਇਸ ਨੂੰ ਚੱਕੀਏ ਕਿ ਇਸ ਨੂੰ ਪੈਂਦੀ ਹੈ ਨਾ ਬੇਟੇ ਦਿੱਕਤ ਵियर ਆਵੀ ਹੋ ਸਕਦੀ ਐ 30 ਤੋਂ ਜਸਟ ਅਬਡੀ ਟਰਮ ਆਵੀ ਹੋ ਸਕਦੀ ਐ 30 ਤੋਂ ਜਸਟ ਅਬਡੀ ਟਰਮ ਓਕੇ ਸੋ ਤੁਸੀਂ ਕੀ ਕਰਨਾ ਹੈ ਜਦੋਂ ਵੀ ਇਹੋ ਜਿਹੇ ਕੇਸ ਚ ਫਸ ਜੋਂ ਇੱਥੇ ਦੇਖਣਾ ਹੀ ਨਹੀਂ ਤੁਸੀਂ ਦੇਖਣਾ ਹੈ ਉਸ ਤੋਂ ਬਾਅਦ ਕਲਾਸ ਇੰਟਰਵਲਸ ਵਿੱਚ ਹੁਣ ਜਿਹੜੀ ਆਪਣੇ ਕੋਲੇ ਮੀਡੀਅਨ ਉਹਨਾਂ ਨੇ ਦਿੱਤਾ ਹੋਇਆ 28.5 ਤਾਂ ਬੇਟੇ ਕਿੱਥੇ ਜਾਈ ਕਰੂਗਾ 28.5 ਇਧਰੋਂ ਦੇਖ ਲਓ ਸੋ ਦੇਖੋ 28.5 ਲਾਈ ਕਰੂਗਾ ਇਸ ਵਾਲੇ ਇਸੇ ਚ 22 30 ਹੈਨਾ ਸੋ ਆਹ ਵਾਲੀ ਚੀਜ਼ ਆ ਜਿਹੜੀ ਆਪਣੀ ਸੋ ਹੁਣ ਇਧਰੋਂ ਦੇਖ ਲਾਂਗੇ ਸੋ ਆਹ ਬਟੇ ਆਪਣੀ ਕੌਣ ਹੈ ਮੀਡੀਅਨ ਕਲਾਸ ਪਤਾ ਲੱਗ ਗਿਆ ਮੀਡੀਅਨ ਕਲਾਸ ਇਸ ਨੂੰ ਕਿਉਂ ਕਿਹਾ ਕਿਉਂਕਿ ਆਪਾਂ ਨੂੰ ਮੀਡੀਅਨ ਦੇ ਰੱਖਿਆ 28.5 ਤੇ 28.5 ਲਈ ਕਿਦੇ ਵਿੱਚ ਕਰੂਗਾ 22 30 ਦੇ ਵਿੱਚ ਠੀਕ ਹੈ ਲੋ ਭਈ ਸੋ ਇਸ ਨੂੰ ਮੈਂ ਕੀ ਕਹਤਾ ਮੇਰੀ ਹੈਗੀ ਇਹ ਮੀਡੀਅਨ ਕਲਾਸ ਬਣ ਕੀ ਗੱਲ ਮੀਡੀਅਮ ਕਲਾਸ ਕੱਢਣ ਦੀ ਪ੍ਰੋਬਲਮ ਆਉਂਦੀ ਸੀ ਆਪਾਂ ਉਧਰੋਂ ਜ਼ੋਰ ਲਾਈ ਜਾਂਦੇ ਪਰ ਨਿਕਲਣੀ ਕਿਹੜੀ ਸਾਈਡ ਸੋਈ ਦੂਸਰੀ ਸਾਈਡ ਤੋਂ ਲਓ ਬਈ ਸੋ ਸਭ ਤੋਂ ਪਹਿਲਾਂ ਐਲ ਐਲ ਕਿੰਨੀ ਹੈ ਇੱਥੇ ਲਿਖ ਲਈਏ ਆਪਾਂ ਸਾਰਾ ਸਮਾਨ ਐਲ ਕਿੰਨਾ ਬਟੇ ਐਲ ਆਪਣੇ ਕੋਲੇ ਆਇਆ 20 ਠੀਕ ਹੈ ਲੋਅਰ ਲਿਮਿਟ ਆਫ ਮੀਡੀਅਮ ਕਲਾਸ ਸੋ ਐਲ ਆਇਆ 20 ਫਿਰ ਐਨ ਐਨ ਤਾਂ ਆਪਾਂ ਨੂੰ ਪਤਾ ਹੀ ਹੈ ਕਿੰਨਾ ਹੈ ਐਨ ਆਪਾਂ ਨੂੰ 60 ਦਿੱਤਾ ਹੋਇਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਸਰ ਸੀ ਐਫ ਇੰਪੋਰਟੈਂਟ ਗੱਲ cf ਕੌਣ ਹੋਊਗਾ ਕਮਿਲੇਟਿਵ ਫ੍ਰੀਕੁਐਂਸੀ ਪ੍ਰਸੀਡਿੰਗ ਦਾ ਮੀਡੀਅਨ ਕਲਾਸ ਜਨਕੀ ਮੀਡੀਅਨ ਕਲਾਸ ਤੋਂ ਇੱਕ ਪਹਿਲਾਂ ਵਾਲੀ ਤਾਂ ਕਿੰਨੀ ਆ ਬਟੇ 5 x ਭੁੱਲਿਓ ਨਾ ਸੋ ਆਪਣੇ ਕੋਲੇ ਕਮਿਲੇਟਿਵ ਫ੍ਰੀਕੁਐਂਸੀ ਕਿੰਨੀ ਆ ਗਈ 5 x ਨੈਕਸਟ ਟਰਮ ਆ ਆਪਣੇ ਕੋਲੇ f f ਕਿੰਨੀ ਹੈ ਦੇਖ ਲਓ ਬੱਚੇ ਸਿੰਪਲ ਗੱਲ ਹੈ ਆ ਦਿੱਤੀ ਹੋਈ ਹੈ ਮੀਡੀਅਨ ਕਲਾਸ ਦੀ ਫ੍ਰੀਕੁਐਂਸੀ 20 ਐਂਡ ਬਿਲਕੁਲ ਲਾਸਟ ਗੱਲ ਹੈ h ਹਾਈਟ ਜਮ ਵੇਟੋਫ ਬਿਤ ਕਿੰਨੀਆਂ ਬੇਟੇ ਇਹਨਾਂ ਦੀ 10 ਸੋ ਐਚ ਦੀ ਵੈਲਿਊ ਹੈਗੀ ਹੈ 10 ਸਾਰੀਆਂ ਵੈਲਿਊਜ਼ ਆ ਗਈਆਂ ਚੱਕ ਕੇ ਭਰ ਦਈਏ ਸਿਮਰਨ ਸਿੰਪਲੀ ਕੁਐਸਚਨ ਸੋਲਵ ਹੋ ਜਾਊਗਾ ਰਜੇ ਸੋ ਮੀਡੀਅਨ ਭਰਿਆ ਆਪਾਂ ਕਿੰਨਾ ਹੈ 기ਵਨ ਦਿੱਤਾ ਹੋਇਆ ਹੈ 28.5 ਓਕੇ ਐਲ ਦੱਸਿਆ ਰਜੇ ਐਲ ਕਿੰਨਾ ਸੀ 20 ਪਲੱਸ n/2 n ਕਿੰਨਾ ਹੈ 60/2 cf cf ਆਪਣੇ ਕੋਲੇ 5+x ਤਾਂ ਪਲੀਜ਼ ਸਾਰਾ ਕੁਝ ਕਰ ਕਰਵਾ ਕੇ ਵੀ ਬੱਚੇ ਗਲਤ ਕਰਦੇ ਦੇਖਿਆ ਰਜੀ ਮੈਂ ਜਦੋਂ ਮਾਈਨਸ ਤੋਂ ਬਾਅਦ ਬ੍ਰੈਕਟ ਨਹੀਂ ਪਾਉਂਦੇ ਠੀਕ ਹੈ ਇੱਥੇ ਵੀ ਗਲਤ ਹੋ ਜੂ ਕੁਐਸਚਨ अपॉन ਦੇ ਵਿੱਚ ਐਫ ਐਫ ਕਿੰਨਾ ਆਪਣੇ ਕੋਲੇ 20 ਇੰਟੂ ਦੇ ਵਿੱਚ ਐਚ ਐਚ ਕਿੰਨਾ ਆਪਣੇ ਕੋਲੇ 10 ਲੋ ਬਈ ਸੋ ਪਹਿਲਾਂ ਤਾਂ ਆ 20 ਨੂੰ ਇੱਧਰ ਲੈ ਆਈਏ ਸੋ 28 ਦੇ ਵਿੱਚੋਂ 28.5 ਚੋਂ 20 ਮਾਈਨਸ ਹੋ ਜੂਗਾ ਇਕਵਲਸ ਟੂ ਇੱਥੇ ਬਚੂਗਾ 30 5 ब्रैकेट खोल रहे हैं रजे अंदर जा हैं माइनस एक्स आ अपने को कटिंग होगी नीचे बचा जस्ट टू ओके सर ये हो गया आपने को कोट पॉइंट फाइव तो वाला टू इधर आके इंटू होजूगा हो जूगा हो ना बेटे सो इन टू 25 so, टू इक्वल्स टू थर्टी चो फाइव गए ट्वेंटी फाइव माइनस एक्स सो यस टू ट्वेंटी फाइव माइनस एक्स तो बच्चे इतों एक्स की वैल्यू कि बन जूगी 25 ਤੋਂ 17 ਗਏ ਤਾਂ ਕਿੰਨੀ ਬਣ ਜੂਗੀ 8 ਸੋ so, x ਦੀ ਵੈਲਿਊ ਆਪਣੇ ਕੋਲੇ ਆ ਗਈ 8 ਹਨਾ ਤੁਸੀਂ ਦੇਖ ਲਿਓ x ਨੂੰ ਉਧਰ ਲੈ ਜਾਓ 17 ਨੂੰ ਉਧਰ ਲੈ ਜਾਓ ਸੋ ਬੱਚੇ x ਦੀ ਵੈਲਿਊ ਆ ਗਈ ਤਾਂ y ਵੀ ਆ ਜਾਊਗਾ x ਨੂੰ ਇੱਥੇ ਭਰ ਦਿੰਨੇ ਆ ਸੋ y ਕਿੰਨਾ ਆ ਜਾਊਗਾ y is to 15 minus x 15 minus x ਕਿੰਨਾ ਹੈ 8 ਸੋ so, y ਕਿੰਨਾ ਆ ਗਿਆ ਰਜੇ 7 ਠੀਕ ਹੈ ਸੋ ਬਿਲਕੁਲ ਆਸਾਨ ਕੁਐਸਚਨ ਸੀ ਪਰ ਕਰਨ ਵਾਸਤੇ ਆਪਾਂ ਨੂੰ ਮੇਨ ਦਿੱਕਤ ਆਊਗੀ ਮੀਡੀਅਨ ਕਲਾਸ ਦੀ ਮੀਡੀਅਨ ਕਲਾਸ ਇਹਦੀ ਮੀਡੀਅਨ ਦਿੱਤਾ ਹੋਇਆ ਤਾਂ ਇੱਥੋਂ ਕੱਢਾਂਗੇ ਵੀ ਇਹ 28.5 ਕਿੱਥੇ ਜੇ ਲਾਈ ਕਰਦਾ ਸੋ 22 30 ਦੇ ਵਿੱਚ ਸੋ ਨੈਕਸਟ ਆਪਣੇ ਕੋਲੇ ਬਿਲਕੁਲ ਲਾਸਟ ਕੁਐਸਚਨ ਦਿੱਤਾ ਹੋਇਆ ਤੇ ਇਸ ਦੇ ਵਿੱਚ ਮੈਂ ਲਿਖ ਦਿੰਦਾ ਭਾਈ ਇੱਥੇ ਪੱਕਾ ਮਿਲਣ ਦੇ ਚਾਂਸ ਹੈ ਬਾਅਦ ਵਿੱਚ ਕੋਈ ਮੌਕਾ ਨਾ ਮਿਸੋ ਜੇ ਕਿਸੇ ਦਾ ਸੋ ਇਹ ਕੁਐਸਚਨ ਮਿਲਣਾ ਹੀ ਮਿਲਣਾ ਹੈ ਬੋਰਡਸ ਦੇ ਵਿੱਚ ਵੀ ਐਂਡ ਹਾਫ ਇਅਰਲੀ ਦੇ ਵਿੱਚ ਵੀ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਦਿੱਤਾ ਕੀ ਹੋਇਆ ਆਪਾਂ ਨੂੰ ਕਿਹਾ ਏਜ ਇਨ ইयर्स ਦਿੱਤੀ ਹੋਈ ਹੈ ਵੀ ਬਲੋ 20 25 ਸਾਲਾਂ ਤੋਂ ਛੋਟੇ 30 ਸਾਲਾਂ ਤੋਂ ਛੋਟੇ 35 ਸਾਲਾਂ ਤੋਂ ਛੋਟੇ ਐਂਡ ਇੱਥੇ ਦਿੱਤਾ ਹੋਇਆ ਨੰਬਰ ਆਫ ਪਾਲਿਸੀ ਹੋਲਡਰਸ ਤਾਂ ਬੱਚੇ ਧਿਆਨ ਨਾਲ ਪੜੋ ਇਸ ਕੁਐਸਚਨ ਨੂੰ ਤੁਹਾਨੂੰ ਇੱਕ ਗੜਬੜੀ ਦਿੱਤੀ ਹੋਈ ਹੈ ਜਾਣ ਕੇ ਇਨੀ ਮੋਲਡੀਸ਼ਨ ਪਾਈ ਹੈ ਵੀ ਆਪਾਂ ਉਲਝ ਸਕੀਏ ਆਪਾਂ ਨੂੰ ਉਹਨਾਂ ਨੇ ਕਿਹਾ 20 ਸਾਲਾਂ ਤੋਂ ਛੋਟੇ ਕਿੰਨੇ ਜਾਣੇ ਆ ਪਾਲਿਸੀ ਵਾਲੇ ਦੋ ਓਕੇ 25 ਸਾਲ ਤੋਂ ਛੋਟੇ ਕਿੰਨੇ ਜਾਣੇ ਐ 6 ਹੁਣ ਜਿਹੜੇ 25 ਸਾਲ ਤੋਂ ਛੋਟੇ ਐ ਆ ਗੱਲ ਸੁਣਨ ਵਾਲੀ ਐ ਉਹਦੇ ਵਿੱਚ 20 ਸਾਲ ਤੋਂ ਛੋਟੇ ਬੰਦੇ ਵੀ ਉਹਨੇ ਕਵਰ ਕਰ ਲੇ ਸਹੀ ਐ ਨਾ ਮਤਲਬ ਕਿ ਜਿਹੜੇ ਆ ਦੋ ਸੀਗੇ ਉਹ ਇੱਥੇ ਵੀ ਗਿਣ ਚੁੱਕਿਆ ਉਹ ਸਮਝ ਰਿਓ ਮੇਰੀ ਗੱਲ ਫੇਰ ਫਿਰ ਉਹ ਕਹਿੰਦਾ ਬਿਲੋ 30 ਯਾਨੀ ਕਿ 30 ਸਾਲ ਤੋਂ ਛੋਟੇ ਤਾਂ ਉੱਪਰਲੇ ਜਿਹੜੇ ਦੋਨੇ ਸੀ ਉਹ ਵੀ ਵਿੱਚੇ ਹੀ ਕਵਰ ਕਰ ਲਏ ਉਹਨੇ ਸੁਪੰਗਾ ਪਾਈ ਬੈਠਾ ਯਾਨੀ ਕਿ ਜਿਹੜਾ 24 ਐ 24 ਦੇ ਵਿੱਚ ਇਹਨਾਂ ਦੋਨਾਂ ਦਾ ਸਮ ਵੀ ਦਿੱਤਾ ਹੋਇਆ ਕਹਿਣ ਦਾ ਮਤਲਬ ਕੀ ਹੈ ਰਜੇ ਵੀ ਜੋ ਤੁਹਾਨੂੰ ਆ ਚੀਜ਼ ਦਿੱਤੀ ہوئی ਹੈ ਇਹ ਫ੍ਰੀਕਵੈਂਸੀ ਨਹੀਂ ਦਿੱਤੀ ਇਹ ਕੀ ਦਿੱਤੀ ہوئی ਆ ਉਸਨੇ ਸੀਐਫ ਦੇ ਰੱਖੀ ਹੈ ਕਮਿਊਲਟਿਵ ਫ੍ਰੀਕਵੈਂਸੀ ਦੇਖੋ ਕਿੱਡਾ ਭੜਾ ਲੁਝਾਈ ਬੈਠਾ ਠੀਕ ਹੈ ਸੋ ਆਪਾਂ ਪਹਿਲਾਂ ਤਾਂ ਕੱਲੀ ਫ੍ਰੀਕਵੈਂਸੀ ਕੱਢਾਂਗੇ ਫਿਰ ਗੱਲ ਕਰਾਂਗੇ ਸੋ ਕੱਲੀ ਫ੍ਰੀਕਵੈਂਸੀ ਆਪਣੇ ਕੋਲੇ ਕਿੰਨੀ ਆਉਂਦੀ ਹੈ ਐਫ ਆਈਸ ਠੀਕ ਹੈ ਸੋ ਥੋੜਾ ਜਿਹਾ ਇੱਕ ਦੀ ਪੁੱਠਾ ਚੱਲਣਾ ਪੈਣਾ ਅੱਗੇ ਫ੍ਰੀਕਵੈਂਸੀ ਤੋ ਕੱਢਦੇ ਸੀ ਹੁਣ ਕੀ ਕੱਢਾਂਗੇ ਉਸ ਤੋਂ ਇਧਰ ਨੂੰ ਲੋ ਬਈ ਸੋ ਹੁਣ ਦੇਖੋ ਪਹਿਲਾਂ ਤਾਂ ਤੁਹਾਡੀ ਯਾਦ ਹੀ ਹੋਣਾ ਵੀ ਆਰ 2 ਹੈ ਤਾਂ ਆ ਵੀ 2 ਹੀ ਹੁੰਦਾ ਹੈ ਹਨਾ ਪਰ ਇੱਥੇ ਵੀ ਮੈਂ ਥੋੜੀ ਜੀ ਸੈਟਿੰਗ ਕਰੂੰਗਾ ਰਜੇ ਵੀ ਕਲਾਸ ਇੰਟਰਵਲ ਥੋੜੀ ਜੀ ਸੋਹਣੀ ਜਿਹੀ ਬਣਾ ਕੇ ਲਿਖਦੇ ਆ ਬਿਲੋ 20 ਮੈਂ ਕੁਐਸਚਨ ਨਾ ਪੂਰਾ ਨਹੀਂ ਲਿਖਿਆ ਉਹਨਾਂ ਨੇ ਕਿਹਾ ਵੀ 18 ਸਾਲ ਤੋਂ ਵੱਡੇ ਲੋਕਾਂ ਦੀ ਗੱਲ ਹੋ ਰਹੀ ਹੈ ਤਾਂ ਬੱਚੇ ਆਪਣੇ ਕੋਲ ਬਿਲੋ 20 ਮਤਲਬ 18 ਸਾਲ ਤੋਂ 20 ਸਾਲ ਵਾਲੇ ठीक है बिलो ट्वेंटी फाइव हूँ बिलो ट्वेंटी फाइव तो बहुत सारे जने ही आ जागे पर आप की करने हैं भी तक वाले आप लिख ले ट्वेंटी टू ट्वेंटी फाइव लो जी फिर बिलो थर्टी पर ट्वेंटी फाइव तक तो लिख ही चुके हैं ट्वेंटी फाइव टू थर्टी फिर थर्टी टू थर्टी फाइव फिर थर्टी फाइव टू फोर्टी फोर्टी टू 45 45 टू 50 55 टू अ सॉरी 50 टू 55 एंड लास्ट वन इज 55 टू 60 ਤਾਂ ਬੱਚੇ ਸਾਰਾ ਕੁਐਸਚਨ ਹੀ ਸੈੱਟ ਕਰਨ ਵਾਲਾ ਪਹਿਲਾਂ ਹੀ ਪਿਆ ਠੀਕ ਹੈ ਪਹਿਲਾਂ ਜੇ ਸੈਟਿੰਗ ਕਰ ਲਈ ਤਾਂ ਕੁਐਸਚਨ ਬਿਲਕੁਲ ਪਹਿਲੇ ਕੁਐਸਚਨ ਵਰਗਾ ਬਣ ਜਾਊਗਾ ਦੇਖੋ ਵੀ ਸੋ ਆ ਤਾਂ ਆਪਾਂ ਬਣਾ ਲਈ ਕਲਾਸ ਇੰਟਰਵਲਸ ਠੀਕ ਹੈ ਫਿਰ ਹੁਣ ਆਪਾਂ ਬਣਾਉਣੀਆਂ ਫ੍ਰੀਕਵੈਂਸੀਸ ਤਾਂ ਬੱਚੇ ਆਹ ਤਾਂ ਦੋ ਆਪਣੇ ਕੋਲ ਬਿਲਕੁਲ ਸੇਮ ਹੀ ਹੁੰਦਾ ਹੈ ਹੁਣ ਆ 6 ਕਿਵੇਂ ਆਇਆ ਹੋਊਗਾ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ 2 ਦੇ ਵਿੱਚ ਇੱਥੇ ਕੁਝ ਐਡ ਹੋਇਆ ਹੋਊਗਾ ਕਿੰਨਾ 4 ਫਿਰ 6 ਆਇਆ ਹੋਊ ਸੋ 2 4 ਫੇਰ ਹੀ ਆ 6 ਬਣਿਆ ਹੋਊਗਾ ਯਾਦ ਨਾ ਆਪਾਂ ਇੱਥੇ ਲਿਖ ਦੇ ਹੁੰਦੇ ਸੀ ਯਾਦ ਕਰੋ ਵੀ ਪਹਿਲਾਂ ਤਾਂ ਬਿਲਕੁਲ ਸੇਮ ਆ ਗਿਆ ਫਿਰ ਥਿਸ ਥਿਸ ਫਿਰ 6 ਬਣਿਆ ਠੀਕ ਹੈ ਪਰ ਹੁਣ ਯਾਰ ਆਪਾਂ ਐ ਸਾਰੇ ਤੁੱਕਿਆਂ ਨਾਲ ਤਾਂ ਕੱਢਣ ਹੋ ਰਹੇ ਆਪਾਂ ਕੀ ਕਰਦੇ ਆ ਪਿਛਲੀ ਪਿਛਲੀ ਮਾਈਨਸ ਕਰੀ ਚੱਲਦੇ ਆਂ ਦੇਖੋ 6 ਚੋਂ 2 ਗਏ तो कि लिखता मैं चार ठीक है फिर चौबी चों छे गए सो बच्चे इतना आजगा फिर चौबी चो छे गए कि आजगा एटीन लो भाई फिर पंताली चौबी चो चो गए सो कि आजगा अपने को पंताली चौबी चो, चो चार गए एक आ गया री तो फिर चार चो दो गए लो जी इक्की आफ्टर दैट सैवनटी एट चो फोर्टी फाइव गए तो कि बन जूगा अठ चो पांच गए तीन ਐਂਡ ਫਿਰ 7 ਚੋਂ 4 ਗਈ 3 ਫਿਰ ਬਿٹے ਇਹਨਾਂ ਦੀ ਮਾਈਨਸ ਤਾਂ ਕਿੰਨਾ ਆਜੂਗਾ 11 ਫਿਰ ਇਹਨਾਂ ਦੀ ਮਾਈਨਸ ਤਾਂ ਆਪਣੇ ਕੋਲੇ ਆਜੂਗਾ 3 ਆਫਟਰ 댓 ਇਹਨਾਂ ਦੀ ਮਾਈਨਸ ਕਿੰਨਾ ਆਜੂਗਾ ਆਪਣੇ ਕੋਲੇ 6 ਐਂਡ ਬਿਲਕੁਲ ਲਾਸਟ ਵਨ ਆਪਣੇ ਕੋਲੇ ਆਜੂਗਾ 2 ਠੀਕ ਹੈ ਜੇ ਤੁਸੀਂ ਵੈਰੀਫਿਕੇਸ਼ਨ ਕਰਨੀ ਹੈ ਵੀ ਤੁਹਾਡਾ ਸਹੀ ਹੈ ਜਾਂ ਨਹੀਂ ਸਹੀ ਤਾਂ ਤੁਸੀਂ ਸਾਰਿਆਂ ਦਾ ਸੰਮ ਕਰਕੇ ਦੇਖੋ ਤੁਹਾਡੀ ਲਾਸਟ ਟਰਮ ਬਣ ਜੂਗੀ ਸਮਿਗੇ ਮੈਂ ਕਿਵੇਂ ਕੀਤਾ ਐਕਟੀ ਪੁੱਠੇ ਆਏ ਆ ਤੇ ਜੇ ਪੁੱਠੇ ਆਉਣਾ ਪੈਣਾ ਤਾਂ ਫਿਰ ਮਾਈਨਸ ਹੀ ਕਰਕੇ ਆਇਆ ਜਾਊਗਾ ਕਿਉਂਕਿ ਉਧਰ ਨੂੰ ਜਾਂਦੇ ਆ ਪਲੱਸ ਕਰਕੇ ਵਾਪਸ ਕਿਵੇਂ ਆਵਾਂਗੇ ਮਾਈਨਸ ਕਰਕੇ ਦੇਖੋ ਭਈ ਇਹਨਾਂ ਦਾ ਸੰਮ ਕਰਕੇ ਦੇਖਦੇ ਆ 2 ਤੇ 4 6 18 6 24 24 ਤੇ 21 ਆਪਣੇ ਕੋਲ ਆ ਜਾਊਗਾ 45 ਬਿਲਕੁਲ ਸੇਮ ਸੇਮੀ ਆਊਗਾ ਜੀ n ਦੀ ਵੈਲਿਊ ਸਾਰਿਆਂ ਦਾ ਐਡ ਕਿੰਨਾ ਆਜੂਗੀ ਆਪਣੇ ਕੋਲੇ 100 ਠੀਕ ਹੈ ਲੋ ਭਈ n ਵੀ ਆ ਚੁੱਕੀ ਹੈ ਮੀਡੀਅਨ ਦਾ ਫਾਰਮੂਲਾ ਲਿਖ ਦਿੰਨੇ ਆ ਹੁਣ ਤਾਂ ਆਨਸਰ ਹੋਇਆ ਹੀ ਪਿਆ ਸੋ ਬੱਚੇ ਮੀਡੀਅਨ ਦਾ ਕੀ ਫਾਰਮੂਲਾ ਸੀ ਆਪਣਾ ਲਾਸਟ ਕੁਐਸਚਨ ਹੈ ਤੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਮਿਲਣਾ ਹੀ ਮਿਲਣਾ ਹੈ ਕੁਐਸਚਨ l n/2 cf f h ਠੀਕ ਹੈ ਜਦੋਂ ਵੀ ਮੈਂ ਇਦਾਂ ਦਾ ਕੰਮ ਕਰਦਾ ਆ ਲਿਖਦਾ ਤਾਂ ਮੈਨੂੰ ਧਿਆਨ ਚ ਆ ਜਾਂਦਾ ਵੀ ਮੈਂ ਮੀਡੀਅਨ ਕਲਾਸ ਵੀ ਕੱਢਣੀ ਹੈ ਮੀਡੀਅਨ ਕਲਾਸ ਕਿਵੇਂ ਨਿਕਲੂਗੀ ਇੱਕ ਤੀ ਤਾਂ ਮੀਡੀਅਨ ਵਗੈਰਾ ਦਿੱਤੀ ਨਹੀਂ ਹੋਈ ਕਿਵੇਂ ਨਿਕਲੂਗੀ ਫਿਰ ਬਿਲਕੁਲ ਸਹੀ ਇੱਥੋਂ ਸੋ ਬੱਚੇ ਆਪਾਂ ਨੂੰ n ਕਿੰਨਾ ਦਿੱਤਾ ਹੋਇਆ 100 100 ਨੂੰ 2 ਨਾਲ ਡਿਵਾਈਡ ਕਰਾਂਗੇ ਕਿੰਨਾ ਆਜੂਗਾ 50th টারਮ ਸੀਐਫ ਦੇ ਵਿੱਚ ਜਾ ਕੇ ਦੇਖਣਾ ਹੈ 50 ਤੋਂ ਜਸਟ ਵੱਡੀ ਚੀਜ਼ ਕਿਹੜੀ ਹੈ ਸੀਐਫ ਦੇ ਵਿੱਚ ਜਾ ਕੇ ਦੇਖਣਾ ਹੈ 50 ਤੋਂ ਜਸਟ ਵੱਡੀ ਆਪਿਆ 78 50 ਤੋਂ ਵੱਡਾ ਇਹੀ ਆਉਂਦਾ ਕਿਉਂਕਿ 45 ਤਾਂ ਛੋਟਾ ਹੈ ਆਪਾਂ ਜਸਟ ਬਟਾ ਲੈਣਾ ਤਾਂ 50 ਤੋਂ ਜਸਟ ਬਟਾ ਕੋਣ ਹੈ 78 ਸੋ so, 78 ਵਾਲੇ ਡੱਬੇ ਨੂੰ ਰਜੇ ਮਾਰਕ ਕਰ ਲੋ ਚੱਕ ਦਿਓ ਕੰਮ ਲਓ ਬਈ ਸੋ ਕਰ ਲਿਆ ਮਾਰਕ ਠੀਕ ਹੈ ਦੇਖੋ ਜੀ ਆਪਾਂ ਕਲਾਸ ਇੰਟਰਵਲ ਨਾ ਬਣਾਉਂਦੇ ਤਾਂ ਐਲ ਕਿਵੇਂ ਆਉਂਦਾ ਆਪਣਾ ਹੁਣ ਆਪਣੀ ਐਲ ਕਿੰਨੀ ਆਊਗੀ ਆ ਪਈ ਕਿੰਨੀ 35 ਠੀਕ ਹੈ ਸੋ ਆਪਾਂ ਇੱਥੇ ਲਿਖ ਦਈਏ ਸਾਰੀਆਂ ਚੀਜ਼ਾਂ ਆਪਣੀ ਐਲ ਕਿੰਨੀ ਹੈ ਐਲ ਹੈਗੀ ਆਪਣੀ 35 ਬਾਅਦ ਇਕੱਠੀਆਂ ਭਰ ਦਿਆਂਗੇ ਫਿਰ ਐਨ ਐਨ ਕਿੰਨੀ ਆਪਣੀ ਐਨ ਹੈਗੀ ਆਪਣੀ 100 ਕਿਉਂਕਿ ਸਾਰਿਆਂ ਦਾ ਸਮ ਆ ਰਿਹਾ 100 ਫਿਰ ਅਗਲੀ ਚੀਜ਼ ਸੀਐਫ ਤਾਂ ਬੱਚੇ ਫਿਰ ਲਾਸਟ ਟਾਈਮ ਦੱਸਣ ਲੱਗੇ ਆ ਵੀ ਗਲਤੀ ਨਾ ਕਰਜੋ ਸੀਐਫ ਕੌਣ ਹੁੰਦਾ ਹੈ ਮੀਡੀਅਮ ਕਲਾਸ ਤੋਂ ਇੱਕ ਪਹਿਲਾਂ ਵਾਲੀ ਫ੍ਰੀਕੁਐਂਸੀ ਕਮਿਊਲਟਿਵ ਫ੍ਰੀਕੁਐਂਸੀ ਤਾਂ ਬੱਚੇ ਕੌਣ 45 ਸੋ so, 45 ਤੁਹਾਡੀ ਕੌਣ ਆ ਰਜੇ ਸੀਐਫ ਭੁੱਲਿਓ ਨਾ ਸੋ ਮੈਂ ਇੱਥੇ ਲਿਖ ਦਿੰਦਾ ਸੀਐਫ ਕਿੰਨੀ ਹੈ 45 ओके okay. अगली कलर रहेगी एफ एफ कितनी है बेटे 33 फ्रीक्वेंसी ऑफ मीडियन क्लास सो एफ कितनी है 33 एंड लास्ट गर्ल एच एच कितनी है हाइट सो so, बच्चे कितने का गैप है इनों ਦੇ ਵਿੱਚ ਹੁਣ ਤੁਸੀਂ ਕਹੋਗੇ ਇੱਥੇ ਤਾਂ ਸਰ ਦੂ ਦਾ ਸੀ ਪੰਗਾ ਪੈਂਦਾ ਉਹ ਕੋਈ ਪਰਵਾਹ ਨਹੀਂ ਅਗਲੇ ਗੈਪ ਸਾਰੇ ਦੇਖੋ ਬਿਲਕੁਲ ਸੇਮ ਹੈ ਕਿੰਨਾ ਬੇਟੇ 5 ਦਾ 5 ਦਾ 5 ਦਾ ਸਾਰੇ 5 ਦੇ ਆ ਸੋ ਆਪਣੇ ਕੋਲੇ H ਕਿੰਨਾ ਹੈ 5 ਇੱਥੇ ਤਾਂ ਜਿਹੜੀ ਪਾਲਿਸੀ ਸੀ ਉਹ ਸ਼ੁਰੂ ਹੋਈਆਂ ਸੀ ਤਾਂ ਕਰਕੇ ਹੈ ਸੋ ਲੋ ਬਈ ਸਾਰੀਆਂ ਵੈਲਿਊਜ਼ ਆ ਗਈਆਂ ਇੱਥੇ ਭਰਦੇ ਆਂ ਆਨਸਰ ਲੈ ਲਾਂਗੇ L ਪਰੋਬਿਟ ਕਿੰਨਾ ਹੈ ਸ਼ਾਬਾਸ਼ 35 ਭਰਿਆ ਪਲੱਸ N ਪਰੂ ਕਿੰਨਾ ਹੈ 100 100 2 CF CF ਕਿੰਨਾ ਸੀ 45 ਲੋ ਜੀ ਅਪੌਨ ਦੇ ਵਿੱਚ F F ਕਿੰਨਾ ਸੀ 33 ਇਨਟੂ ਦੇ ਵਿੱਚ h h ਕਿੰਨਾ ਸੀ ਆਪਣਾ 5 ਸੋ ਸਾਰੀਆਂ ਵੈਲਿਊਜ਼ ਭਰਨ ਤੋਂ ਬਾਅਦ ਮੇਰੇ ਕੋਲੇ 35 ਪਲੱਸ ਤਾਂ ਬਟੇ ਆ ਕਿੰਨਾ ਬਣ ਜੂਗਾ 50 50 45 ਅਪੌਨ ਦੇ ਵਿੱਚ 33 ਇਨਟੂ ਦੇ ਵਿੱਚ 5 ਲਓ ਜੀ ਆਪ ਹੀ ਆਨਸਰ ਕਰ ਸਕਦੇ ਹੋ ਵੈਸੇ ਤਾਂ ਤੁਸੀਂ ਤਾਂ ਮੈਂ ਇੱਥੇ ਲਿਖ ਦਿੰਦਾ 35 ਉਵੇਂ ਇੱਥੇ ਬੱਚੇ ਆਪਣੇ ਕੋਲੇ ਆ ਜੂਗਾ 5 5 5 25 so 25/33 ਤਾਂ ਬਿਟੇ ਇੱਥੋਂ ਆਪਣੇ ਲਈ ਆਨਸਰ ਕਿੰਨਾ ਬਣੂਗਾ 25/33 ਨੂੰ ਅਲੱਗ ਤੋਂ ਡਿਵਾਈਡ ਕਰ ਲਿਓ ਐਲਸੀਐਮ ਵਾਲੇ ਚੱਕਰ ਚ ਨਾ ਪਿਓ ਠੀਕ ਹੈ so 25/33 ਨੂੰ ਡਿਵਾਈਡ ਕਰਕੇ ਦੇਖ ਲਿਓ ਕੀ ਬਣ ਜੂਗਾ ਆਪਣੇ ਲਈ 0.76 ਠੀਕ ਹੈ so ਇੱਥੇ ਲਿਖ ਦਿੰਨੇ ਆ 0.76 ਤੁਸੀਂ ਇਸ ਨੂੰ ਡਿਵਾਈਡ ਕਰਕੇ ਦੇਖ ਲਿਓ so ਓਵਰঅল ਆਨਸਰ ਆਪਣਾ ਬਣਿਆ 35.76 ਇਹ ਆਪਣਾ ਕੀ ਆ ਗਿਆ ਮੀਡੀਅਨ ਆਫ ਦਿਸ ਡਾਟਾ ਸੋ ਇਹ ਕੁਐਸਚਨ ਮੈਂ ਫੇਰ ਤੋਂ ਦੱਸਣ ਲੱਗਿਆ ਵੀ ਮਿਲਣ ਦੇ ਸਭ ਤੋਂ ਵੱਧ ਚਾਂਸ ਆ ਤਾਂ ਇਸ ਦੇ ਵਿੱਚ ਜਿਹੜੀਆਂ ਆਪਣੇ ਕੋਲੇ ਮੋਡਿਫਿਕੇਸ਼ਨਸ ਕਾਫੀ ਦਿੱਤੀਆਂ ਹੋਈਆਂ ਪਹਿਲੀ ਤਾਂ ਇਹ ਦਿੱਤੀ ਹੋਈ ਆ ਵੀ ਆਪਾਂ ਨੂੰ ਐਗਜ਼ੈਕਟਲੀ ਦਿੱਤਾ ਨਹੀਂ ਹੋਇਆ ਵੀ ਕੀ ਕਹਿ ਰਿਹਾ ਬਿਲੋ ਬਿਲੋ ਦੇ ਕੇ ਆਪਾਂ ਨੂੰ ਪਤਾ ਲੱਗ ਗਿਆ ਵੀ ਭਾਈ ਉਹ ਸੀ ਐਫ ਦੇ ਹੀ ਬੈਠਾ ਹੈ ਐਫ ਨਹੀਂ ਦਿੱਤਾ ਸੋ ਆਪਾਂ ਐਫ ਬਣਾਈ ਠੀਕ ਹੈ ਸੇਮ ਤਰ੍ਹਾਂ ਦਾ ਕੁਐਸਚਨ ਐਗਜ਼ੈਂਪਲਰ ਦੇ ਵਿੱਚ ਵੀ ਹੈਗਾ ਐਂਡ ਇੱਕ ਐਗਜ਼ੈਂਪਲ ਵੀ ਹੈਗੀ ਹੈ ਕਿਉਂਕਿ ਇੱਥੇ ਰਜੇ ਬਿਲੋਹ ਦੀ ਜਗ੍ਹਾ ਤੇ ਤੁਹਾਨੂੰ ਲੈਸਰਨ ਵਗੈਰਾ ਇਦਾਂ ਦਾ ਕੁਝ ਵੀ ਲਿਖਿਆ ਆ ਸਕਦਾ ਹੈ ਤਾਂ ਪਲੀਜ਼ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਕੁਐਸਚਨ ਨੂੰ ਚੰਗੀ ਤਰੀਕੇ ਦੇਖ ਲਿਓ ਵੀ ਉਹਨਾਂ ਨੇ ਐਗਜ਼ੈਕਟਲੀ ਦਿੱਤਾ ਕੀ ਹੋਇਆ ਪਾਉਣ ਨੂੰ ਉਹ ਖੜ੍ਹਜੋ ਖੜ੍ਹਜੋ ਖੜ੍ਹਦੇ ਹੋ 1 ਮਿੰਟ ਹਜੇ ਸਭ ਤੋਂ ਘੈਂਟ ਚੀਜ਼ ਤਾਂ ਹਜੇ ਪੈਂਡਿੰਗ ਆ ਤਾਂ ਬੱਚੇ ਇਮਪੀਰੀਕਲ ਰਿਲੇਸ਼ਨਸ਼ਿਪ ਤਾਂ ਮੈਨੂੰ ਤੁਸੀਂ ਐਂ ਦੱਸੋ ਤੁਹਾਡੇ ਤੋਂ ਫਾਰਮੂਲਾ ਤਿਆਰ ਕਰਵਾਉਣੀ ਆ ਇਸ ਫਾਰਮੂਲੇ ਦੀ ਹੈਲਪ ਨਾਲ ਤੁਸੀਂ ਹਰ ਇੱਕ ਐਮਸੀਕਿਊ ਨੂੰ 2 ਸਕਿੰਟਾਂ ਦੇ ਵਿੱਚ ਹੀ ਸੋਲਵ ਕਰ ਦਿਓਗੇ ਸੋ ਸਭ ਤੋਂ ਪਹਿਲਾਂ ਸਾਨੂੰ ਸਭ ਤੋਂ ਆਸਾਨ ਕੀ ਲੱਗਿਆ ਸੀ ਇਸ ਚੈਪਟਰ ਦੇ ਵਿੱਚ ਤੁਸੀਂ ਕਹਿਣਾ ਮੈਨੂੰ ਪੱਕਾ ਪਤਾ ਹੈ ਵੀ ਸਰ ਮੋਡ ਮੋਡ ਬੜਾ ਆਸਾਨ ਸੀ ਠੀਕ ਹੈ ਮੋਡ ਤੋਂ ਹਲਕਾ ਜਾ ਜਿਹੜਾ ਔਖਾ ਲੱਗਿਆ ਉਹ ਲੱਗਿਆ ਹੋਣਾ ਤੁਹਾਨੂੰ ਪੱਕਾ ਮੀਨ ਹਨਾ ਐਂਡ ਜਿਹੜਾ ਸਾਰਿਆਂ ਤੋਂ ਘੈਂਟ ਲੱਗਿਆ ਸਭ ਤੋਂ ਔਖਾ ਸੀ ਜਿਹੜਾ ਉਹ ਹੋਣਾ ਮੀਡੀਅਮ ਜਿਹੜਾ ਕਿ ਆਪਾਂ ਹੁਣੇ ਕੀਤਾ ਲਓ ਬਈ ਸੋ ਹੁਣ ਮੈਂ ਕੀ ਲਿਖਣ ਲੱਗਿਆ ਇਹਨੂੰ 1 ਨੰਬਰ ਦਿੱਤਾ ਤੁਸੀਂ ਕਿਉਂਕਿ ਸੌਖਾ ਸੀ ਇਸ ਨੂੰ 2 ਨੰਬਰ ਦੇਤੇ ਕਿਉਂਕਿ ਥੋੜਾ ਜਿਹਾ ਔਧੂ ਔਖਾ ਐਂਡ ਇਹ ਸੀਗਾ ਸਾਰਿਆਂ ਦਾ ਗੁਰੂ ਜਿਸ ਨੂੰ ਥੋੜਾ ਜਿਹਾ ਔਖਾ ਲੱਗਿਆ ਸੋ ਆਪਣੇ ਕੋਲੇ ਫਾਰਮੂਲਾ ਕੀ ਬਣ ਗਿਆ ਰਜੇ 3 ਟਾਈਮਸ ਮੀਡੀਅਨ ਇਕਵਲਸ ਟੂ ਟਾਈਮਸ ਮੀਨ ਪਲੱਸ 1 ਟਾਈਮਸ ਮੋਡ ਇਹ ਸਭ ਤੋਂ ਇੰਪੋਰਟੈਂਟ ਫਾਰਮੂਲਾ ਹੈ ਜੇਕਰ ਤੁਸੀਂ ਐਮਸੀਕਿਊਜ਼ ਕਰਨਾ ਚਾਹੁੰਦੇ ਹੋ ਨਾਮ ਕੀ ਹੈ ਰਜੇ ਦਾ ਇੰਪੀਰੀਕਲ ਰਿਲੇਸ਼ਨਸ਼ਿਪ ਬਿਟਵੀਨ three measures of central tendency.